ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਵੈਲਕਮ ਬੈਕ ਟੂ ISR ਪੰਜਾਬੀ ਵਲੌਗ। ਤੇ ਹੋਰ ਸੁਣਾ ਜੀ, ਤੁਸੀਂ ਸਾਰੇ ਵਧੀਆ ਹੋਵੋਗੇ। ਬਸ ਇੱਥੇ ਆਪਾਂ ਆਏ ਹਾਂ ਜੀ ਲੌਂਡਰੀ ਕਰਨ ਵਾਸਤੇ, ਥੋੜ੍ਹਾ ਹੀ ਟਾਈਮ ਰਹਿ ਗਿਆ। ਹੋਰ ਅਤੇ ਅਪਾਰਟਮੈਂਟ ਜਿੱਥੇ ਆਪਾਂ ਰਹਿੰਦੇ ਹਾਂ ਉੱਥੇ ਵੀ ਹੈਗੀਆਂ ਨੇ ਮਸ਼ੀਨਸ ਕੱਪੜੇ ਧੋਣ ਵਾਲੀਆਂ, ਪਰ ਉਹ ਬਹੁਤ ਜ਼ਿਆਦਾ ਛੋਟੀਆਂ ਨੇ, ਤਾਂ ਕਰਕੇ ਨਾ ਮਸ਼ੀਨ ਜਿਹੜੇ ਕੱਪੜੇ ਚੰਗੀ ਤਰ੍ਹਾਂ ਧੋਂਦੀਆਂ ਨਹੀਂ, ਤਾਂ ਕਲੀਨ ਵੀ ਨਹੀਂ ਹੁੰਦੇ ਨੇ ਚੰਗੀ ਤਰ੍ਹਾਂ, ਅਤੇ ਕੱਪੜੇ ਜਿਹੜੇ ਖਰਾਬ ਜਿਹੇ ਹੋ ਜਾਂਦੇ ਨੇ, ਤਾਂ ਕਰਕੇ ਆਪਾਂ ਇੱਥੇ ਆ ਜਾਈਦਾ ਵੇ ਕੱਪੜੇ ਧੋਣ ਵਾਸਤੇ। ਅਤੇ ਇੱਥੇ ਮਸ਼ੀਨਾਂ ਵੀ ਵੱਡੀਆਂ ਨੇ ਅਤੇ ਕੱਪੜੇ ਵਧੀਆ ਸਾਫ਼ ਹੁੰਦੇ ਨੇ। ਚਲੋ ਥੋੜ੍ਹਾ ਹੀ ਟਾਈਮ ਰਹਿ ਗਿਆ। ਅਤੇ ਹੁਣ ਮੈਂ ਆਇਆ ਜੀ ਕਰੋਗਰ ਦੇ ਵਿੱਚ, ਆਪਾਂ ਨਾ ਦੁੱਧ ਲੈਣਾ ਅਤੇ ਕੋਈ ਸਬਜ਼ੀ ਦੇਖ ਲੈਂਦੇ ਕਿਹੜੀ ਲੈਣੀ ਹੈ, ਕੋਈ ਸਬਜ਼ੀ ਲੈ ਲਾਂਗੇ। ਦੁੱਧ ਖਤਮ ਹੋਇਆ ਅਤੇ ਦੁੱਧ ਲੈਣਾ ਵੇ, ਅਤੇ ਜਿੰਨੀ ਦੇਰ ਤੱਕ ਸਾਡੇ ਕੱਪੜੇ ਸੁੱਕਦੇ ਪਏ ਨੇ ਉੱਥੇ, ਅਤੇ ਆਪਾਂ ਕੀ ਆਪਾਂ ਕਰੋਗਰ ਆ ਜਾਂਦੇ ਹਾਂ ਅਤੇ ਜਿਹੜਾ ਸਮਾਨ ਲੈਣਾ ਲੈ ਲੈਂਦੇ ਹਾਂ। ਅਤੇ ਇੱਥੇ ਦੇਖ ਲਓ ਜੀ ਸਾਰੇ ਲੱਗੇ ਪਏ ਨੇ ਚਿਪਸ, ਸਪਾਈਸੀ ਚਿਪਸ ਵੀ ਨੇ ਸਾਰੇ ਨੇ। ਅਤੇ ਆਪਾਂ ਆਹ ਲੈਂਦੇ ਹਾਂ, ਆਹ ਜਿਹੜੀ ਹੈਗੀਆਂ ਫਰਾਈਜ਼ ਹੁੰਦੀਆਂ ਨੇ ਸਪਾਈਸੀ ਫਰਾਈਜ਼, ਇਹ ਬਹੁਤ ਵਧੀਆ ਹੁੰਦੀਆਂ ਨੇ ਸਪਾਈਸੀ, ਅਤੇ ਮੈਂ ਕਿਹਾ ਨਿਆਰੇ ਲਿਆ ਆਉਂਦਾ, ਸਾਹ ਲੱਗਦੀਆਂ ਬਹੁਤ। ਅਤੇ ਅੱਜ ਆਪਣਾ ਛੋਟਾ ਭਰਾ ਹੀ ਫੋਨ ਦੇਖਦਾ ਪਿਆ, ਨਾਲ ਦੇਖ ਲਓ ਚਾਰਜਰ ਪਾਇਆ ਪਿਆ ਮੂੰਹ 'ਚ। ਅਤੇ ਆਹ ਦੇਖੋ ਉੱਥੇ ਫੋਨਲ ਖੇਡਦੇ ਪਏ, ਅਤੇ ਉਹਨੂੰ ਫੋਨ ਦੇਖਦਾ ਪਿਆ। ਅਤੇ ਕਈ ਵਾਰ ਸਾਡੇ ਕੋਲ ਕੰਟਰੋਲਰ ਵੀ ਖੁੰਦਾ ਹੁੰਦਾ ਵੀ ਮੈਂ ਵੀ ਖੇਡਣੀ ਹੈ, ਅਤੇ ਅੱਜ ਚਾਰਜਰ ਨਾਲ ਲੱਗਾ ਵਾ ਖੇਡਣ। ਇੱਥੇ ਪੀਂਦੇ ਵੀ ਆਪਾਂ ਮੈਂਗੋ ਸ਼ੇਕ, ਅਤੇ ਬਾਹਰ ਮੌਸਮ ਦੇਖ ਲਓ, ਅੱਜ ਵੀ ਗਰਮੀ ਬਹੁਤ ਹੈ। ਅਤੇ ਬਸ ਮਿਲਣਾ ਫਿਰ ਤੁਹਾਨੂੰ ਮੈਂ ਪੀ ਕੇ, ਗਰਮੀ ਬਹੁਤ ਤਾਂ ਮੈਂ ਬਣਾਇਆ ਠੰਡਾ ਠੰਡਾ, ਮਜ਼ਾ ਆਉਂਦਾ ਫਿਰ। ਅਤੇ ਹੁਣ ਦੁਪਹਿਰ ਦੇ ਵੱਜ ਚੁੱਕੇ ਨੇ ਜੀ 4, ਅਤੇ ਹੁਣੀ ਮੈਂ ਸੌ ਕੇ ਉੱਠਿਆ ਵਾਂ। 3 ਵਜੇ ਮੈਂ ਸੌ ਗਿਆ ਸੀ, ਦੁਪਹਿਰ ਨੂੰ ਨੀਂਦ ਆਉਂਦੀ ਵੀ ਸੀ ਬਹੁਤ ਜ਼ਿਆਦਾ, ਅਤੇ ਮੈਂ ਚੱਲ ਥੋੜ੍ਹੀ ਜਿਹੀ ਸੋ ਜਾਂਦਾ, 1 ਘੰਟਾ ਸੁੱਤਾ ਵਾਂ। ਅਤੇ 4 ਵਜੇ ਉੱਠਿਆ, ਅਤੇ ਹੁਣ ਮੇਰਾ ਜਿਮ ਦਾ ਟਾਈਮ ਹੋ ਗਿਆ ਵੇ, ਅਤੇ ਸ਼ੁਰੂ ਕਰਨਾ ਜਿਮ ਕਰਨੀ। ਅਤੇ ਅੱਜ ਆਪਾਂ ਐਪਸ ਦਾ ਵਰਕਆਊਟ ਕਰਨਾ ਵੇ, ਚਲੋ ਫਿਰ ਸ਼ੁਰੂ ਕਰਨੇ ਹਾਂ। ਚਲੋ ਜੀ ਫਿਰ ਤੁਹਾਨੂੰ ਮੈਂ ਸਾਰਾ ਵਰਕਆਊਟ ਕਰਕੇ ਮਿਲਣਾ ਵਾ ਐਪਸ ਦਾ। ਹੁਣ ਆਪਾਂ ਆ ਚੁੱਕੇ ਹਾਂ ਡੇ 2 ਚ, ਤੇ ਬਾਹਰ ਦੇਖ ਲਓ ਕਿਵੇਂ ਧੁੱਪ ਚੜ੍ਹੀ ਪਈ, ਜਿਵੇਂ ਦੁਪਹਿਰ ਹੋ ਗਈ ਹੈ, ਪਰ ਹਜੇ ਤੱਕ 10 ਹੀ ਵੱਜੇ ਨੇ। ਅਤੇ ਬਾਹਰ ਦੇਖ ਲਓ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ। ਅਤੇ ਬਸ ਮੈਂ ਆਇਆ ਸੀ ਗੁਰਦੁਆਰੇ ਮੱਥਾ ਟੇਕਣ ਵਾਸਤੇ, ਅਤੇ ਅੰਦਰ ਜਾਂਦੇ ਹਾਂ ਫਿਰ ਆਪਾਂ। ਅਤੇ ਇੱਥੇ ਆਪਣਾ ਬਾਸੀਬੋਲ ਤਾਂ ਹੂਬ ਦੇਖ ਲਓ ਜੀ, ਫਿਰ ਟੁੱਟ ਗਿਆ, ਮਤਲਬ ਕਿ ਪਹਿਲਾਂ ਵੀ ਹੋ ਗਿਆ ਸੀ ਥੱਲੇ ਨੂੰ ਐਵੇਂ, ਅਤੇ ਮੈਂ ਇੱਧਰੋਂ ਵੀ ਇੱਧਰੋਂ ਸਾਰੇ ਪਾਸੋਂ ਚੰਗੀ ਤਰ੍ਹਾਂ ਬੰਨਿਆ ਸੀ, ਪਰ ਫਿਰ ਵੀ ਨਾ ਤਾਰ ਜਿਹੜੀ ਢੱਲੀ ਹੋ ਹੀ ਜਾਂਦੀ ਹੈ, ਮਤਲਬ ਇਹਨਾਂ ਹੋਰ ਕੋਈ ਸਿਸਟਮ ਕਰਨਾ ਪੈਣਾ। ਆਹ ਦੇਖੋ, ਮਤਲਬ 2-3 ਦਿਨ ਆਪਾਂ ਖੇਡੀ ਤਾਂ ਫਿਰ ਠੀਕ ਰਹਿੰਦਾ, ਜੋ ਜ਼ਿਆਦਾ ਬੋਲ ਵੱਜ ਨਾ ਤਾਂ ਫਿਰ ਢੱਲੀ ਹੋ ਜਾਂਦੀ, ਤਾਂ ਇਹਦੀ ਬਹੁਤ ਜ਼ਿਆਦਾ ਕੱਸ ਕੇ ਬੰਨੀ ਤਾਂ, ਪਰ ਫਿਰ ਵੀ ਮਤਲਬ ਉਹੜੀ ਗੱਲ ਨਹੀਂ ਬਣਦੀ। ਉਹ ਦੇਖੋ ਕਿਵੇਂ ਉੱਪਰ ਮੈਂ ਤਾਰਾਂ ਲਾ ਕੇ ਥੱਲੇ ਲਾਇਆ ਸੀ, ਇਹਨੂੰ ਪੂਰਾ ਖਿੱਚਿਆ ਪਿਆ ਸੀ, ਦੇਖੋ, ਪਰ ਫਿਰ ਵੀ ਪਾਣੀ ਕੱਤ ਨੂੰ ਢਿੱਲੀ ਹੋਈ ਜਾਂਦੀ ਤਾਰ ਹੈ ਜੀ, ਅਤੇ ਬਹੁਤ ਵਾਰ ਡਿੱਗ ਗਿਆ। ਹੁਣ ਨਾ ਮੈਂ ਕੋਈ ਦੂਸਰੀ ਤਰ੍ਹਾਂ ਨੂੰ ਬੰਨਾਂਗਾ, ਜਿਹੜਾ ਵੀ ਵਧੀਆ ਰਹੇ, ਕਦੇ ਥੱਲੇ ਨਾ ਆਵੇ। ਅਤੇ ਅੱਜ ਤਾਂ ਆਪਾਂ ਖੇਡਣਾ ਨਹੀਂ, ਫਿਰ ਇਹਨੂੰ ਹੁਣ ਲਾਉਂਦੇ ਹਾਂ, ਕੱਲ੍ਹ ਲਾਵਾਂਗੇ ਚੰਗੀ ਤਰ੍ਹਾਂ, ਵਧੀਆ ਸੋਚ ਸੂਚ ਕੇ ਵੀ ਕਿਵੇਂ ਲਾਉਣਾ ਵੇ, ਫਿਰ ਖੇਡਾਂਗੇ ਇੱਥੇ। ਹੁਣ ਨਾਲ ਵੀ ਮੈਂ ਬੰਨਿਆ ਸੀ ਪਿਆ ਸੀ ਲੈਣਾ, ਇੱਥੋਂ ਵੀ ਢਿੱਲਾ ਹੋ ਗਿਆ ਅਤੇ ਇੱਥੋਂ ਵੀ ਢਿੱਲਾ ਹੋ ਗਿਆ, ਸਾਰੇ ਪਾਸੋਂ ਢਿੱਲਾ। ਚਲੋ ਫਿਰ ਮੈਂ ਦੇਖਣਾ ਕੀ ਕਰਨਾ ਇਹਨਾਂ। ਅਤੇ ਆਹ ਦੇਖ ਲਓ ਜੀ ਆਪਣਾ, ਇਹ ਜਿਹੜਾ ਆਪਣਾ ਹੂਬ ਸਾਨੂੰ ਮੈਂ ਦਿਖਾ ਜਾਣਾ, ਉਹਦੇ ਪਿੱਛੇ ਲੱਗਦਾ ਹੁੰਦਾ ਆ, ਇੱਥੇ ਇੱਥੇ ਲੱਗੇਗਾ ਇੱਥੇ। ਦੇਖੋ ਨੱਟ ਵਸਤੇ ਜਗ੍ਹਾ ਬਣੀ ਪਈ ਹੈ, ਇਹ ਆਪਾਂ ਉਦੋਂ ਲਾਵਾਂਗੇ ਜਦੋਂ ਆਪਾਂ ਇਹਨੂੰ ਕੰਧ 'ਤੇ ਲਾਇਆ ਨਾ, ਉਦੋਂ ਆਪਾਂ ਇਹਦੇ ਪਿੱਛੇ ਲਾਵਾਂਗੇ। ਅਤੇ ਇੱਥੇ ਮਤਲਬ ਕੋਈ ਇੰਨੀ ਜਗ੍ਹਾ ਨਹੀਂ ਹੈਗੀ, ਹੋਰ ਕਿਧਰੇ ਲੱਗਿਆ, ਜਦੋਂ ਵੀ ਚਲੋ ਕਿਧਰੇ ਵੀ ਸਾਨੂੰ ਜਗ੍ਹਾ ਮਿਲੇਗੀ ਉਦੋਂ ਲਾਵਾਂਗੇ, ਅਤੇ ਇਹਨੂੰ ਪਿੱਛੇ ਲਾਵਾਂਗੇ, ਇੰਨਾ ਹੋਰ ਵਧੀਆ ਦਿਖਦਾ ਵਧੀਆ। ਇਹ ਹੈ ਵੀ ਦੇਖੋ ਪਿੱਛੇ ਬਾਸਕਟਬਾਲ ਬਣੀ ਪਿਆ ਇਹਦੇ,
ਤੇ ਹਜੇ ਤੱਕ ਤਾਂ ਬਸ ਉਹ ਹੂਪ ਹੀ ਲਾਇਆ ਆਪਾਂ ਤੇ ਉਹ ਵੀ ਡਿੱਗ ਜਾਂਦਾ ਜਿਵੇਂ ਤੁਹਾਨੂੰ ਮੈਂ ਦਿਖਾਇਆ ਵੀ ਜੀ। ਬਹੁਤ ਦੇਰ ਬਾਅਦ ਜੋ ਸਾਨੂੰ ਆਪਣੀ ਬਾਸਕਟਬਾਲ ਲੱਭੀ ਹੈ ਮਤਲਬ ਆਪਾਂ ਖੇਡ ਕੇ ਇੱਥੇ ਰੱਖ ਦੀਦੀ ਹੈ ਅਤੇ ਮੇਰੇ ਖਿਆਲ ਨਾਲ ਹਾਂ ਉਦੋਂ ਲੱਭੀ ਸਾਨੂੰ ਉਹ ਪਿੱਛੇ ਡਿੱਗੀ ਪਈ ਸੀ ਹਨੇਰੇ ਜਿਹੇ 'ਚ ਅਤੇ ਬਹੁਤ ਮੈਂ ਕਿਹਾ ਕਿੱਥੇ ਗਈ ਬੋਲ ਲੱਭਿਆ ਤਾਂ ਫਿਰ ਉੱਥੋਂ ਹਨੇਰਾ ਜਿਹਾ ਸੀ ਉੱਥੇ ਤਾਂ ਕਰਕੇ ਇੰਨੀ ਦਿਖਦੀ ਨਹੀਂ ਸੀ ਬੋਲ ਕੋਲਿਆਂ ਤੋਂ ਉੱਥੇ ਪਈ ਸੀ ਖੇਡਣੀ ਤਾਂ ਨਹੀਂ ਹੈਗੀ ਤੁਹਾਨੂੰ ਜਿਵੇਂ ਦਿਖਾਇਆ ਮੈਂ ਸਾਡਾ ਵਾਲਾ ਹੂਪ ਹੈ ਉਹ ਟੁੱਟਿਆ ਪਿਆ ਇਹਨੂੰ ਘਰ ਲੈ ਕੇ ਜਾਣੀ ਆਪਾਂ ਉੱਥੇ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਉੱਥੇ ਹੂਪ ਲੱਗਾ ਉੱਥੇ ਖੇਡ ਲਿਆ ਕਰਾਂਗੇ ਅਤੇ ਹੁਣੀ ਮੈਂ ਆਇਆ ਘਰ ਤਾਂ ਆਪਣਾ ਛੋਟਾ ਭਰਾ ਖੇਡਦਾ ਪਿਆ ਵਾਕਰ ਦੇ ਨਾਲ ਦੇਖ ਲਓ ਜੀ ਇਹਨੂੰ ਹੁਣ ਮਜ਼ਾ ਆਉਣ ਲੱਗ ਪਿਆ ਆਪਣੇ ਵਾਕਰ ਦੇ ਵਿੱਚ ਕਦੀ ਹੈਂਡਲ ਮੂੰਹ 'ਚ ਪਾਉਂਦਾ ਲੈ ਹੁਣ ਦੇਖ ਲਓ ਫਿਰ ਉਹ ਪਾਲਿਆ ਮੂੰਹ 'ਚ ਅਤੇ ਕਦੀ ਹੈਂਡਲ ਪਾਉਂਦਾ ਕਦੀ ਗਾਣੇ 'ਚ ਲਾ ਲੈਂਦਾ ਵਿੱਚ ਉਹਦੇ ਆ ਦੇਖੋ ਹੁਣ ਹੈਂਡਲ ਪਾਲਿਆ ਫਿਰ ਮੂੰਹ ਦੇ ਵਿੱਚ ਮਤਲਬ ਵੀ ਮਜ਼ਾ ਆਉਂਦਾ ਇਹਨੂੰ ਹੁਣ ਦੇਖੋ ਖੜ੍ਹਾ ਪਿਆ ਅਤੇ ਅੱਜ ਦੇ ਵਲੋਗ ਨੂੰ ਜੇ ਆਪਾਂ ਇੱਥੇ ਹੀ ਕਰਨੇ ਹਾਂ ਐਂਡ ਵੀਡੀਓ ਵਧੀਆ ਲੱਗੀ ਅਤੇ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਤੁਹਾਨੂੰ ਜਲਦ ਹੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਨਾਲ।